this is Lalima, Sharma and you guys are watching Star Talk. ਜਦੋਂ ਵੀ ਇੱਕ ਸੌਂਗ ਬਣਦਾ ਹੈ ਅਸੀਂ ਉਸ ਸੌਂਗ ਰਾਹੀਂ ਇੱਕ ਸਿੰਗਰ ਨੂੰ ਤਾਂ ਪਹਿਚਾਣ ਲੈਂਦੇ ਹਾਂ ਪਰ ਇਸ ਸੌਂਗ ਦੇ ਪਿੱਛੇ ਜੋ ਅਸਲੀ ਮਿਹਨਤ ਹੁੰਦੀ ਹੈ ਵੀ ਉਹ ਲੱਗਦੀ ਹੈ ਮਿਊਜ਼ਿਕ ਡਾਇਰੈਕਟਰ ਦੀ ਤੇ ਅੱਜ ਸਾਡੇ ਸ਼ੋਅ ਦੇ ਵਿੱਚ ਇੱਕ ਇਹੋ ਜਿਹੇ ਮਿਊਜ਼ਿਕ ਡਾਇਰੈਕਟਰ ਨੇ ਜਿਨ੍ਹਾਂ ਨੇ ਬਹੁਤ ਹੀ ਸੋਹਣੇ ਗਾਣੇ ਸਾਡੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ ਸੋ ਗਾਇਜ਼ ਕਰਦੇ ਹਾਂ ਵੈਲਕਮ ਦ ਬੌਸ ਦਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਈ ਬਹੁਤ ਵਧੀਆ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ ਬਹੁਤ ਵਧੀਆ ਜੀ ਤੇ ਨਾਲ ਹੀ ਪਹਿਲਾਂ ਆਪਾਂ ਤੁਹਾਡੇ ਨਾਮ ਤੇ ਹੀ ਆਵਾਂਗੇ ਦ ਬੌਸ ਜਦੋਂ ਵੀ ਅਸੀਂ ਇਹ ਨਾਮ ਬੋਲਦੇ ਆ ਆਪਣੇ ਆਪ ਇੱਕ ਰੋਬਦਾਰ ਆਵਾਜ਼ ਆ ਜਾਂਦੀ ਹੈ ਤੇ ਤੁਸੀਂ ਇਹ ਨਾਮ ਕਿਵੇਂ ਰੱਖਿਆ ਦ ਬੌਸ ਬੌਸ ਮੈਨੂੰ ਤੁਸੀਂ ਕਹਿ ਸਕਦੇ ਹੋ ਵੀ ਘਰਦਿਆਂ ਨੇ ਦਿੱਤਾ ਮੇਰਾ ਸਹੀ ਨਾਮ ਹੈ ਸਾਹਿਲ ਸ਼ਰਮਾ ਜੀ ਤੇ ਬੌਸ ਮੀਨਸ ਬੀਟਸ ਆਫ ਸਾਹਿਲ ਸ਼ਰਮਾ ਬੀ ਓ ਐਸ ਐਸ ਬੀਟਸ ਆਫ ਸਾਹਿਲ ਸ਼ਰਮਾ ਓਕੇ ਉਹ ਇਹ ਛੋਟੀ ਜੀ ਸਟੋਰੀ ਇਹਦੇ ਵਿੱਚ ਇਹੀ ਸੀਗੀ ਮੈਂ ਪਹਿਲਾਂ ਨਾਮ ਸੋਚ ਰਿਹਾ ਸੀਗਾ ਬੀ ਓ ਐਸ ਬੀਟਸ ਆਫ ਸਾਹਿਲ ਫਿਰ ਮੈਂ ਕਿਹਾ ਲੈਟਸ ਐਡ ਇੱਕ ਹੋਰ ਐਸ ਤੇ ਉਹਦੇ ਨਾਲ ਫਿਰ ਬੌਸ ਪੂਰਾ ਹੋ ਜਾਣਾ ਸੀਗਾ ਤੇ ਤੁਹਾਡੇ ਸਾਹਮਣੇ ਜੀ ਬੌਸ ਚਲੋ ਫਿਰ ਆਪਾਂ ਤੁਹਾਡੇ ਮਿਊਜ਼ੀਕਲ ਜਰਨੀ ਵੱਲ ਆਉਂਦੇ ਹਾਂ ਬਈ ਪਹਿਲਾਂ ਇਹ ਸ਼ੁਰੂਆਤ ਕਿਵੇਂ ਹੋਈ ਹੈ ਤੁਹਾਡੀ ਮਿਊਜ਼ੀਕਲ ਜਰਨੀ ਦੀ ਮਿਊਜ਼ੀਕਲ ਜਰਨੀ ਜਿੱਦਾਂ ਬਚਪਨ ਤੋਂ ਹੀ ਸਾਰੀ ਫੈਮਿਲੀ ਮਿਊਜ਼ਿਕ ਬੇਸਡ ਹੈ ਪਾਪਾ ਪੀ ਐਚ ਡੀ ਮਿਊਜ਼ਿਕ ਨੇ ਮੇਰੇ ਦਾਦਾ ਜੀ ਜਿੱਦਾਂ ਰਜਵਾੜੇ ਮਤਲਬ ਅਰਲੀ ਸਟੇਜ ਉੱਥੇ ਗਾਉਂਦੇ ਸੀ ਤੇ ਫਾਰ ਸਾਹਿਬ ਨੇ ਜਦੋਂ ਉਰੇ ਪੰਜਾਬ 'ਚ ਰਾਜਸਥਾਨ ਤੋਂ ਬਿਲੋਂਗ ਕਰਦੇ ਹਾਂ ਅਸੀਂ ਅਤੇ ਪੰਜਾਬ 'ਚ ਜਦੋਂ ਆਏ ਫਿਰ ਉਹਨਾਂ ਨੇ ਆਪਦੀ ਸਟੱਡੀਜ਼ ਪੂਰੀਆਂ ਕੀਤੀਆਂ ਨਾਲ ਨਾਲ ਸ਼ੁਰੂ ਤੋਂ ਬਚਪਨ ਤੋਂ ਹੀ ਮਿਊਜ਼ਿਕ ਦਾ ਮਾਹੌਲ ਸੀ ਜੀ ਮੈਂ ਜਦੋਂ ਫੋਰਥ ਕਲਾਸ ਸੀਗਾ ਉਦੋਂ ਮੈਂ ਪ੍ਰੋਫੈਸ਼ਨ ਤਬਲਾ ਵਜਾਉਣਾ ਮਤਲਬ ਸ਼ੁਰੂ ਕੀਤਾ ਸਿੱਖਣਾ ਜੀ ਬਸ ਉਦੋਂ ਜਰਨੀ ਚਲਦੀ ਚਲਦੀ ਅੱਜ ਤੁਹਾਡੇ ਸਾਹਮਣੇ ਜੀ ਸੋ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡਾ ਪੂਰਾ ਬੈਕਗ੍ਰਾਉਂਡ ਹੀ ਮਿਊਜ਼ਿਕ ਦਾ ਹੈ ਸਿੰਗਰ ਸੀਗੇ ਪਰ ਤੁਸੀਂ ਚੂਜ਼ ਕੀਤਾ ਮਿਊਜ਼ਿਕ ਡਾਇਰੈਕਸ਼ਨ ਵੱਲ ਆਣਾ ਜੋ ਬਹੁਤ ਹੀ ਵੱਡੀ ਗੱਲ ਹੈ ਕਿਉਂਕਿ ਸਿੰਗਰ ਬਣਨਾ ਕਿਤੇ ਨਾ ਕਿਤੇ ਇੱਕ ਈਜ਼ੀ ਟਾਸਕ ਹੋ ਜਾਂਦਾ ਹੈ ਪਰ ਜਦੋਂ ਮਿਊਜ਼ਿਕ ਡਾਇਰੈਕਸ਼ਨ ਦੀ ਗੱਲ ਆਉਂਦੀ ਹੈ ਇੰਸਟਰੂਮੈਂਟਸ ਨੂੰ ਮਤਲਬ ਵਜਾਉਣਾ ਉਹ ਥੋੜਾ ਔਖਾ ਕੰਮ ਹੁੰਦਾ ਹੈ ਸੋ ਜਦੋਂ ਤੁਸੀਂ ਆਪਣੇ ਘਰਦਿਆਂ ਨੂੰ ਫੈਮਿਲੀ ਨੂੰ ਦੱਸਿਆ ਹੋਣਾ ਹੈ ਕਿ ਮੈਂ ਮਿਊਜ਼ਿਕ ਡਾਇਰੈਕਸ਼ਨ ਵੱਲ ਜਾਣਾ ਸੋ ਉਹਨਾਂ ਦਾ ਰਿਐਕਸ਼ਨ ਕੀ ਸੀਗਾ ਫਸਟ ਰਿਐਕਸ਼ਨ ਫਸਟ ਆਫ ਆਲ ਇਹ ਮੇਰੇ ਡੈਡ ਦਾ ਡ੍ਰੀਮ ਸੀਗਾ ਜਿੱਦਾਂ ਫਾਦਰ ਸਾਹਿਬ ਮੇਰੇ ਸਿੰਥਸਾਈਜ਼ਰ ਕੀਬੋਰਡ ਜਿਹਨੂੰ ਕਹਿ ਲੈਂਦੇ ਓਕੇ ਉਹਨਾਂ ਨੇ ਪੰਜਾਬ 'ਚ ਇੰਟਰੋਡਿਊਸ ਕਰਿਆ ਸੀ ਜਗਮੋਹਨ ਕੌਰ ਜੀ ਕੇਦੀਪ ਉਹਨਾਂ ਨਾਲ ਫਾਦਰ ਸਾਹਿਬ ਮੇਰੇ ਕੀਬੋਰਡ ਪਲੇ ਕਰਦੇ ਸੀ ਮਤਲਬ ਸਾਰਾ ਸਾਡਾ ਬੈਂਡ ਜਿਹੜਾ ਸੀਗਾ ਅਤੇ ਉਹਨਾਂ ਦਾ ਡ੍ਰੀਮ ਸੀਗਾ ਯਾਰ ਵੀ ਸਟੂਡੀਓਜ਼ ਬਹੁਤ ਮਹਿੰਗੇ ਨੇ ਕੋਸਟਲੀ ਹੈ ਮੈਂ ਆਈ ਲਾਈਕ ਆਈ ਵਿਸ਼ ਵੀ ਮੇਰਾ ਕੋਈ ਸਟੂਡੀਓ ਹੁੰਦਾ ਤਾਂ ਮੈਂ ਕੰਮ ਕਰਦਾ ਕਿਉਂਕਿ ਸਾਰਾ ਕੰਮ ਕਰਕੇ ਉਹਨਾਂ ਨੇ ਸਾਨੂੰ ਪੜ੍ਹਾਇਆ ਮੇਨ ਜਿਹੜੀ ਸਭ ਤੋਂ ਵੱਡੀ ਗੱਲ ਆ ਮੇਰੇ ਬ੍ਰਦਰ ਨੂੰ ਅਤੇ ਮੈਂ ਅਸੀਂ ਪੜ੍ਹਾਈ ਕਰੀ ਮੈਂ ਐਮ ਕੌਮ ਕਰੀ ਐਮ ਬੀ ਏ ਕਰੀ ਐਂਡ ਐਮ ਏ ਮਿਊਜ਼ਿਕ ਕਰੀ ਐਂਡ ਅਤੇ ਸਾਰਾ ਉਹਨਾਂ ਦਾ ਜੋ ਡ੍ਰੀਮ ਸੀਗਾ ਸੋ ਮਤਲਬ ਉਹ ਅੱਜ ਦੀ ਡੇਟ 'ਚ ਆਈ ਓਨ ਟੂ ਸਟੂਡੀਓਜ਼ ਸੋ ਇਹ ਸਾਰਾ ਉਹਨਾਂ ਦੇ ਪਿੱਛੇ ਮੈਂ ਆਪਦਾ ਕੰਮ ਕਰਕੇ ਅਦਰਵਾਈਜ਼ ਮੈਂ ਵਧੀਆ ਰਿਪੀਟਿਡ ਜੋਬ ਕਰਦਾ ਹੁੰਦਾ ਕੈਨੇਡਾ ਹੁੰਦਾ ਹੈ ਕਿਧਰੇ ਵੀ ਅਤੇ ਐਮ ਬੀ ਏ ਬੇਸ 'ਤੇ ਬਟ ਮੈਂ ਮਿਊਜ਼ਿਕ ਪਰਸ਼ੂ ਕਰਨਾ ਜ਼ਿਆਦਾ ਅੱਛਾ ਲੱਗਿਆ ਉਹਨਾਂ ਦੇ ਡ੍ਰੀਮ ਨੂੰ ਪੂਰਾ ਕਰਨ ਵਾਸਤੇ ਅਤੇ ਬਸ ਜੀ ਇਹ ਛੋਟੀ ਜਿਹੀ ਇੱਕ ਸੰਕ ਕਹਿ ਲਓ ਜਾਂ ਕੁਛ ਵੀ ਸੀਗੀ ਵੀ ਉਹਨਾਂ ਦੇ ਪਿੱਛੇ ਮੈਂ ਇਹ ਕੰਮ ਚੂਜ਼ ਕਰਿਆ ਵੀ ਮੈਂ ਮਿਊਜ਼ਿਕ ਕਰੂੰਗਾ ਜੀ ਮੈਂ ਆਪਾਂ ਕਰਾਂਗੇ ਅੱਛਾ ਮਿਊਜ਼ਿਕ ਡਾਇਰੈਕਸ਼ਨ ਤਾਂ ਆਫ ਕੋਰਸ ਤੁਸੀਂ ਕਰਦੇ ਹੋ ਤੁਸੀਂ ਇੰਨੇ ਵੱਡੇ ਵੱਡੇ ਸਿੰਗਰਸ ਨਾਲ ਕੰਮ ਵੀ ਕੀਤਾ ਕੁਲਵਿੰਦਰ ਬਿੱਲਾ ਐਂਡ ਆਲ ਵਗੈਰਾ ਜੀ ਜੀ ਜੇ ਆਪਾਂ ਇਹ ਵੀ ਸੁਣਿਆ ਕਿ ਤੁਸੀਂ ਗਾਉਂਦੇ ਵੀ ਬਹੁਤ ਸੋਹਣਾ ਇਵਨ ਤੁਹਾਡਾ ਡੈਬਿਊ ਵੀ ਹੋ ਰਿਹਾ ਆਪਾਂ ਇਹ ਵੀ ਸੁਣਿਆ ਸੋ ਆਪਾਂ ਉਹ ਤੋਂ ਪਹਿਲਾਂ ਜ਼ਰੂਰੀ ਗਾਣਾ ਸੁਣਾਂਗੇ ਤੇ ਗੱਲਾਂ ਦਾ ਹੋਲ ਸਿਲਸਿਲਾ ਤਾਂ ਥੋੜ੍ਹਾ ਸ਼ੁਰੂ ਕਰਾਂਗੇ ਜੀ 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 ਸਾਰੇ ਭਰਾਵਾਂ ਦੀ ਸਪੋਰਟ ਹੈ ਜੀ ਬਿੱਲਾ ਭਾਅ ਜੀ ਲਾਈਕ ਹਿਜ਼ ਫੈਮਿਲੀ ਜੋਰਡਨ ਵੀਰਾ ਜਿਹਨਾਂ ਨੇ ਅਸੀਂ ਤੀਜੇ ਵੀ ਕਰਿਆ ਸੀਗਾ ਨਿੰਜੇ ਭਾਈ ਨਾਲ ਮੈਂ ਸ਼ੁਰੂ ਕਰਿਆ ਗੱਲ ਜੱਟਾਂ ਵਾਲੀ ਤੋਂ ਸੋ ਮਤਲਬ ਸਾਰਾ ਸਾਰੀ ਜਿਹੜੀ ਜਰਨੀ ਹੈ ਇਹਨਾਂ ਸਾਰਿਆਂ ਦੀ ਸਪੋਰਟ ਬਿਨਾਂ ਪੋਸੀਬਲ ਨਹੀਂ ਸੀ ਮਾਲਵਾ ਰੈਕਰਡਸ ਜਿਹੜੇ ਮੈਨੂੰ ਬੰਬੇ ਤੋਂ ਦਿੱਲੀ ਤੋਂ ਉਰੇ ਲੈ ਕੇ ਆਏ ਨਾ ਚੰਡੀਗੜ੍ਹ ਵਿੱਚ ਵੀ ਯਾਰ ਇੱਥੇ ਆਪਾਂ ਕੰਮ ਕਰਾਂਗੇ ਐਂਡ ਉਹ ਸਾਰਾ ਸੋ ਸਾਰੀ ਜਿਹੜੀ ਇਹ ਜਰਨੀ ਹੈ ਉਹਨਾਂ ਕਰਕੇ ਹੀ ਹੈ ਅਤੇ ਗਾਣਾ ਸੋਚ ਰਿਹਾ ਜਸਟ ਹਾਲੇ ਕੋਈ ਕੋਸ਼ਿਸ਼ ਕਰ ਰਹੇ ਇੰਨਾ ਜ਼ਿਆਦਾ ਨਹੀਂ ਹੈ ਇਹਨਾਂ ਤੋਂ ਸਿੱਖ ਰਿਹਾ ਸਾਰਿਆਂ ਤੋਂ ਹੌਲੀ ਹੌਲੀ ਕਰਕੇ ਅਤੇ ਮੈਂ ਦੋ ਕੁ ਲਾਈਨਾਂ ਤੁਹਾਨੂੰ ਮੈਂ ਜਸਟ ਸੁਣਾ ਦਿੰਦਾ ਜਿਹੜਾ ਮੇਰਾ ਫੇਵਰੇਟ ਮੈਂ ਫੋਕ ਮਿਊਜ਼ਿਕ ਜ਼ਿਆਦਾ ਮਤਲਬ ਮੇਰੇ ਵੋਕਲਸ ਵੀ ਫੋਕ ਓਰੀਐਂਟਿਡ ਮੈਂ ਕੋਸ਼ਿਸ਼ ਕਰਨਾ ਵੀ ਕੋਸ਼ਿਸ਼ ਹੀ ਕਰ ਸਕਣਾ ਜ਼ਿਆਦਾ ਇੰਨਾ ਤਾਂ ਅੱਛਾ ਨਹੀਂ ਹੈ ਬਟ ਜਸਟ ਮੈਂ ਕੋਸ਼ਿਸ਼ ਕਰ ਸਕਦਾ ਬੋਲ ਮਿੱਟੀ ਦਿਆ ਬਾਵੇ ਆਓਏ ਤੇਰੇ ਦੁੱਖਾਂ ਨੇ ਮਾਰ ਮੁਕਾ ਲੇ ਆਓਏ ਮੇਰਾ ਸੋਹਣਾ ਮਾਹੀ ਆ ਜਾ ਹੋ ਰਾਜਸਥਾਨੀ ਵਾਲੇ ਬਹੁਤ ਹੀ ਵਧੀਆ ਆਫ ਕੋਰਸ ਕਲਾਸੀਕਲ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇ ਤੁਸੀਂ ਪੰਜਾਬੀ ਵੱਲ ਕਿਵੇਂ ਆ ਗਏ ਕਿਉਂਕਿ ਮਤਲਬ ਜਿੱਦਾਂ ਪਾਪਾ ਦੱਸ ਦਿੰਦੇ ਨੇ ਓਬਵੀਅਸਲੀ ਸਾਡੇ ਬਰਥ ਤੋਂ ਪਹਿਲਾਂ ਉਹ ਅਰਾਊਂਡ 80
4-5 ਦੇ ਰਾਊਂਡ ਉਹ ਪੰਜਾਬ ਸ਼ਿਫਟ ਹੋ ਗਏ ਸੀ ਆਦੀਆਂ ਸਟੱਡੀਜ਼ ਕਰਨ ਵਾਸਤੇ ਮਤਲਬ ਉਹਨਾਂ ਨੇ ਜਦੋਂ ਆਪਦਾ ਪਲੱਸ ਟੂ ਵਗੈਰਾ ਕਰਕੇ ਉੱਧਰੋਂ ਜਦੋਂ ਪੰਜਾਬ 'ਚ ਆ ਕੇ ਉਹਨਾਂ ਨੇ ਗ੍ਰੈਜੂਏਸ਼ਨ ਐਂਡ ਅੱਗੇ ਸਾਰਾ ਆਲ ਕਰਿਆ ਫਿਰ ਉਦੋਂ ਦੇ ਅਸੀਂ ਉਰੇ ਹੀ ਮਤਲਬ ਰਹਿ ਰਹੇ ਸੀ ਸੋ ਉੱਥੋਂ ਹੀ ਅਸੀਂ ਲੈਂਗੁਏਜ ਵੀ ਸਿੱਖੀ ਜੀ 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 ਘਰੇ ਵੀ ਪੰਜਾਬੀ ਬੋਲਦੇ ਹੋ ਪੰਜਾਬੀ ਪੰਜਾਬੀ ਹਾਰਡਕੋਰ ਪੰਜਾਬੀ ਅੱਛਾ ਮਤਲਬ ਪਾਪਾ ਵੀ ਪੰਜਾਬੀ ਸਾਰੇ ਹਨਾ ਪੂਰੀ ਪੂਰੀ ਮਾਲਵੇ ਵਾਲੇ ਹਾਂ ਜੀ ਓਹ ਇਵਨ ਇਵਨ ਤੁਹਾਡਾ ਸਹੀ ਗੱਲ ਹੈ ਕਿਉਂਕਿ ਪੰਜਾਬੀਅਤ ਹੀ ਇੰਨੀ ਸੋਹਣੀ ਹੈਗੀ ਹੈ ਤੁਸੀਂ ਵੀ ਸੋਹਣੀ ਵੀ ਬੋਲਦੇ ਮੈਂ ਵੀ ਸੋਚਿਆ ਕਿ ਰਾਜਸਥਾਨੀ ਤੇ ਪੰਜਾਬੀ ਥੋੜਾ ਕਨੈਕਸ਼ਨ ਹੈ ਬਟ ਬੇਸ ਜਿਹੜੀ ਫਾਊਂਡੇਸ਼ਨ ਹੈ ਉਹ ਸਾਡੀ ਉਹੀ ਹੈ ਸੋ ਆਦੀਆਂ ਰੂਟਸ ਨਹੀਂ ਕਦੇ ਛੱਡਣੀਆਂ ਚਾਹੀਦੀਆਂ ਸੋ ਮਤਲਬ ਜਿਹੜਾ ਪਿਛੋਕੜ ਸਾਰਾ ਰਾਜਸਥਾਨ ਦਾ ਮੈਂ ਜੰਮਿਆ ਪਲਿਆ ਅਬੋਹਰ ਪੰਜਾਬ ਚ ਜੀ ਐਂਡ ਦ ਨੈਕਸਟ ਥਿੰਗ ਜੇ ਆਪਾਂ ਕਹੀਏ ਤੁਸੀਂ ਆਪਣੇ ਨਾ ਫਾਦਰ ਸਾਹਿਬ ਦਾ ਜ਼ਿਕਰ ਬਹੁਤ ਕੀਤਾ ਹੈ ਤੇ ਉਹਦੇ ਨਾਲ ਪਤਾ ਲੱਗ ਰਿਹਾ ਹੈ ਕਿ ਰਿਲੇਸ਼ਨ ਬਹੁਤ ਜ਼ਿਆਦਾ ਸਟਰੋਂਗ ਹੈ ਬੌਂਡ ਬਹੁਤ ਜ਼ਿਆਦਾ ਸਟਰੋਂਗ ਹੈ ਸੋ ਜੋ ਤੁਹਾਡੀ ਆਫ ਕੋਰਸ ਜਦੋਂ ਸਾਡਾ ਇੱਕ ਸਪੋਰਟ ਹੁੰਦਾ ਹੈ ਨਾ ਜੋ ਸਟਰੋਂਗ ਸਪੋਰਟ ਹੋਵੇ ਬੰਦਾ ਹੋਰ ਨਿਖਰ ਕੇ ਸਾਹਮਣੇ ਆਉਂਦਾ ਹੈ ਸੋ ਤੁਹਾਡੇ ਫਾਦਰ ਸਾਹਿਬ ਨੇ ਤੁਹਾਨੂੰ ਕਿਹੋ ਜਿਹਾ ਸਪੋਰਟ ਦਿੱਤਾ ਹੈ ਹਮੇਸ਼ਾ ਇਮੋਸ਼ਨਲੀ ਤੇ ਐਵਰੀਥਿੰਗ ਸਾਰਾ ਕੁਛ ਜੀ ਮਤਲਬ ਮੈਂ ਸ਼ੁਰੂ ਉਹਨਾਂ ਤੋਂ ਕਰਿਆ ਸਿੱਖਣਾ ਸਭ ਤੋਂ ਪਹਿਲਾਂ ਡੰਡਾ ਵੀ ਉਹਨਾਂ ਨੇ ਮਾਰਿਆ ਸੀਗਾ ਵੀ ਗਲਤ ਵਜਾਉਣਾ ਤੂੰ ਸਿੱਖਦਾ ਨਹੀਂ ਇਹ ਉਹ ਸਾਰਾ ਕੁਛ ਨਾ ਸੋ ਸਾਰਾ ਕੁਛ ਹੈ ਉਹ ਮਤਲਬ ਬਾਪ ਘੱਟ ਅਤੇ ਦੋਸਤ ਇੱਕ ਬਹੁਤ ਚੰਗਾ ਦੋਸਤ ਜ਼ਿਆਦਾ ਨੇ ਜੀ ਉਹ ਹਰ ਗੱਲ ਅੰਡਰਸਟੈਂਡ ਕਰਦੇ ਨੇ ਵੀ ਮੈਂ ਪੜ੍ਹਨਾ ਪਹਿਲਾਂ ਜ਼ਰੂਰੀ ਹੈ ਨਾ ਉਹਨਾਂ ਦੇ ਵੀ ਸੀਗੇ ਵੀ ਵਿਸ਼ ਇਹ ਪੜ੍ਹਾਈ ਬਹੁਤ ਜ਼ਰੂਰੀ ਲਾਈਕ ਮੇਰਾ ਬ੍ਰਦਰ ਉਹ ਇੰਜੀਨੀਅਰ ਹੈ ਅਤੇ ਸਾਰਾ ਕਰਕੇ ਵੀ ਮੈਂ ਵੀ ਆਪਦੀਆਂ ਐਜੂਕੇਸ਼ਨ ਪੂਰੀ ਕਰਨ ਤੋਂ ਬਾਅਦ ਮੈਂ ਸਾਰਿਆਂ ਵਾਸਤੇ ਇਨਫੈਕਟ ਜਿਹੜੇ ਹੋਰ ਵੀ ਪਰਸੂ ਕਰਨਾ ਜਾ ਰਹੇ ਨੇ ਮਿਊਜ਼ਿਕ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੂੰਗਾ ਵੀ ਪੜ੍ਹਾਈ ਬਹੁਤ ਜ਼ਰੂਰੀ ਹੈ ਜੀ ਸਾਰਾ ਪਹਿਲਾਂ ਜਿਹੜੀ ਨੰਬਰ 1 ਚੀਜ਼ ਹੈ ਤੁਸੀਂ ਪੜ੍ਹੋ ਜ਼ਰੂਰ ਆਪਦੀ ਐਜੂਕੇਸ਼ਨ ਪੂਰੀ ਕਰੋ ਐਂਡ ਆਫਟਰ ਦੈਟ ਤੁਸੀਂ ਮਿਊਜ਼ਿਕ ਕਰੋ ਜਾਂ ਕੁਛ ਵੀ ਮੈਨੂੰ ਪਿੱਛੇ ਸ਼ਿੰਦਾ ਭਾਈ ਨੂੰ ਮਿਲਿਆ ਸ਼ਿੰਦਾ ਭਾਈ ਨੂੰ ਉਹ ਵੀ ਮਤਲਬ ਜਦੋਂ ਉਹਨਾਂ ਦੇ ਬਾਰੇ ਮਤਲਬ ਮੈਂ ਜਾਣਿਆ ਵੀ ਯਾਰ ਹੀ ਇਜ਼ ਆਲਸੋ ਵੈਲ ਐਜੂਕੇਟਿਡ ਸਾਰਾ ਕੁਛ ਅਤੇ ਹੋਰ ਵੀ ਮਤਲਬ ਜਿਹੜੇ ਮੇਰੇ ਸਰਕਲ 'ਚੋਂ ਬੰਦੇ ਨੇ ਸਾਰੇ ਬੜੇ ਅੱਛੇ ਮਤਲਬ ਵੈਲ ਐਜੂਕੇਟਿਡ ਨੇ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਅਤੇ ਤੁਸੀਂ ਪੜ੍ਹਾਈ ਕਰੋ ਅਤੇ ਆਪਾਂ ਗੱਲ ਕਰਦੇ ਫਾਦਰ ਸਾਹਿਬ ਨਾਲ ਮਤਲਬ ਉਹਨਾਂ ਨਾਲ ਹਰ ਵਾਰੀ ਉਹ ਮੇਰੇ ਮਤਲਬ ਸਪੋਰਟ 'ਚ ਰਹੇ ਨੇ ਜੀ ਮਤਲਬ ਮੈਂ ਇੱਦਾਂ ਨਹੀਂ ਕਹਿ ਸਕਦਾ ਵੀ ਨਹੀਂ ਬਟ ਇੱਕ ਵਾਰੀ ਜਦੋਂ ਮੈਂ ਪੜ੍ਹ ਲਿਆ ਸਾਰਾ ਕੁਛ ਵੀ MBA ਕਰ ਲਈ MCOM ਵੀ ਕਰ ਲਈ ਫਿਰ ਮੈਂ ਜਦੋਂ ਉਹਨਾਂ ਨੂੰ ਕਿਹਾ ਵੀ ਮੈਂ ਮਿਊਜ਼ਿਕ ਕਰਨ ਲੱਗਿਆ ਜੀ ਹੁਣ ਫਾਈਨਲੀ ਵੀ ਉਹਨਾਂ ਨੂੰ ਵੀ ਪਤਾ ਸੀਗਾ ਵੀ ਮੈਨੂੰ ਕੈਨੇਡਾ ਤੋਂ ਆਫਰ ਸੀ ਜੋਬ ਦਾ ਇਹ ਸਾਰਾ ਕੁਛ ਯਾਰ ਫਿਕਰ ਇੱਕ ਵਾਰੀ ਥੋੜ੍ਹਾ ਉਹਨਾਂ ਨੇ ਕਰਿਆ ਯਾਰ ਵੀ ਨਹੀਂ ਸਟਰਗਲ ਬਹੁਤ ਹੈ ਮੈਂ ਨਹੀਂ ਜੀ ਆਪਾਂ ਕਰਨਾ ਫਿਰ ਉਹ ਆਲਵੇਜ਼ ਇੱਕ ਦੋ ਦਿਨ ਲਾਈਕ ਜਿੱਦਾਂ ਨਾਰਾਜ਼ ਹੋਏ ਥੋੜ੍ਹੇ ਯਾਰ ਵੀ ਨਹੀਂ ਯਾਰ ਫਿਰ ਚੱਲ ਠੀਕ ਹੈ ਕਰਦੇ ਹਾਂ ਲਾਈਕ ਫਾਈਨਲੀ ਉਹਨਾਂ ਨੇ ਇਹ ਕਿਹਾ ਵੀ ਚੱਲ ਕਰਦੇ ਹਾਂ ਫਿਰ ਆਪਾਂ ਸ਼ੁਰੂ ਕੀਤਾ ਜੀ ਅਤੇ ਸ਼ੁਰੂ ਵੱਲ ਜਰਨੀ ਅਤੇ ਇੱਕ ਹੋਰ ਬੜਾ ਅੱਛਾ ਇੰਸੀਡੈਂਟ ਮੈਨੂੰ ਯਾਦ ਆਇਆ ਵੀ ਵਾਈਲ MCOM ਆਈ ਗੈਸ ਹੈ ਨਾ BCOM MCOM ਦੇ ਜਰਨੀ ਵਿੱਚ ਮੈਂ DAV ਕਾਲਜ ਹੋਰ ਤੋਂ ਉੱਥੋਂ ਪੜ੍ਹਿਆ ਜੀ ਅਤੇ ਮੈਂ ਉਹਨਾਂ ਨੂੰ ਜਦੋਂ ਪਤਾ ਚੱਲਿਆ ਵੀ ਇੰਨਾ ਅੱਛਾ ਬੱਚਾ ਸਾਡੇ ਕੋਲ ਆਇਆ ਹੋਇਆ ਉਹਨਾਂ ਨੇ ਮੇਰੀ ਹਾਫ ਫੀਸ ਮਾਫ਼ ਕਰਤੀ ਫਿਰ ਉਸ ਚੀਜ਼ ਨਾਲ ਹੋਰ ਜ਼ਿਆਦਾ ਮੋਟੀਵੇਸ਼ਨ ਜੀ ਮੈਨੂੰ ਵੀ ਹੋ ਗਈ ਯਾਰ ਵੀ ਇਹ ਤਾਂ ਕੰਮ ਵਧੀਆ ਹੈ ਸੁਣਦਾ ਸੀਗਾ ਜ਼ਿਆਦਾ ਟੂ ਸਕੂਲ ਸ਼ਿੰਦਰ ਸ਼ਿੰਦਾ ਭਾਜੀ ਦਾ ਚਰਨਜੀਤ ਦੂਜਾ ਸਾਹਿਬ ਦਾ ਅਤੇ ਕਿਉਂਕਿ ਦੂਜੀ ਗੱਲ ਵੀ ਮਾਹੌਲ ਘਰੇ ਉੱਦਾਂ ਦਾ ਸੀਗਾ ਚੰਗਾ ਮਿਊਜ਼ਿਕ ਆਲਵੇਜ਼ ਖਾਨ ਸਾਹਿਬ ਨੂੰ ਸੁਣਨਾ ਅਸੀਂ ਜਾਂ ਗੁਲਾਮ ਅਲੀ ਖਾਨ ਸਾਹਿਬ ਨੂੰ ਸੁਣਨਾ ਨੁਸਰਤ ਫਤਿਹ ਅਲੀ ਖਾਨ ਜੀ ਨੂੰ ਸੁਣਨਾ ਸੋ ਸਾਰਾ ਅਸੀਂ ਆਲਵੇਜ਼ ਚੰਗੀਆਂ ਚੀਜ਼ਾਂ ਹੀ ਸੁਣੀਆਂ ਜੇ ਮੈਂ ਪੰਜਾਬੀ ਮਿਊਜ਼ਿਕ ਦੇ ਸੀਨ ਦੀ ਗੱਲ ਕਰਾਂ ਤਾਂ ਮੈਂ ਸ਼ਿੰਦਾ ਭਾਈ ਨੂੰ ਸੁਣਿਆ ਜ਼ਿਆਦਾ ਚਰਨਜੀਤ ਦੂਜਾ ਜੀ ਨੂੰ ਸੁਣਿਆ ਸੋ ਉਹ ਵੀ ਲਾਈਕ ਦੇ ਆਰ ਮਾਸਟਰਸ ਹੈ ਨਾ ਸੋ ਆਲਵੇਜ਼ ਚੰਗਾ ਮਿਊਜ਼ਿਕ ਸੁਣ ਸੁਣ ਕੇ ਹੀ ਅਸੀਂ ਅੱਜ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਉਹਨਾਂ ਵਰਗੇ ਹੀ ਹੋ ਜਾਈਏ ਤਾਂ ਤੁਸੀਂ ਇੰਨਾ ਕੰਮ ਕੀਤਾ ਆਫ ਕੋਰਸ ਤੁਹਾਡੇ ਕਹਿੰਦੇ ਨਾ ਫੇਵਰੇਟ ਕੰਪੋਜੀਸ਼ਨ ਹੋਣੀ ਅੱਜ ਤੱਕ ਸੋ ਫੇਵਰੇਟ ਕੰਪੋਜੀਸ਼ਨ ਕਿਹੜੇ ਸੌਂਗ ਦੀ ਰਹੀ ਹੈ ਸਾਰੀਆਂ ਵਧੀਆ ਸਾਰੀਆਂ ਲੱਗੋ ਇੱਕ ਤਾਂ ਹੋਣੀ ਚਾਹੀਦੀ ਹੈ ਸਾਰੀਆਂ ਘੈਂਟ ਨੇ ਕੋਈ ਇੱਕ ਨਹੀਂ ਹੁੰਦਾ ਦਿਲ ਦੇ ਕਰੀਬ ਹੁੰਦਾ ਬਈ ਇਹ ਮੈਨੂੰ ਸਭ ਤੋਂ ਪਸੰਦ ਹੈ ਉਹ ਗਾਣਾ ਮੈਂ ਤੁਹਾਨੂੰ ਥੋੜਾ ਜਿਹਾ ਸੁਣਾ ਦਿੰਦਾ ਮੈਂ ਮਤਲਬ ਬੜਾ ਲੱਕੀ ਹਾਂ ਵੀ ਮੈਨੂੰ ਦਲੇਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜੀ ਅਤੇ ਉਹ ਮੈਂ ਜਦੋਂ ਕੰਪੋਜੀਸ਼ਨ ਕਰੀ ਹਰਜੀਤਾ ਮੂਵੀ ਵਿੱਚ ਅਸੀਂ ਉਹ ਗਾਣਾ ਬਣਾਇਆ ਸੀਗਾ ਐਮੀ ਵਿਰਕ ਬਾਈ ਦੀ ਸੀਗੀ ਮੂਵੀ ਉਹ ਹਰਜੀਤਾ ਹਾਕੀ 'ਤੇ ਸੀਗੀ ਜੀ 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 ਅਤੇ ਉਹਦੇ ਵਿੱਚ ਗਾਣਾ ਇੱਕ ਮੈਂ ਕੰਪੋਜ਼ ਕਰਿਆ ਮੈਨੂੰ ਮਤਲਬ ਬੜਾ ਆਲ ਆਫ ਸਡਨ ਸਾਰੀ ਮੂਵੀ ਪੈਕ ਸੀਗੀ ਬਟ ਟਾਈਟਲ ਸੌਂਗ ਮਿਸ ਸੀਗਾ ਉਹਨਾਂ ਦਾ ਤਾਂ ਮੈਂ ਜਗਦੀਪ ਬਾਈ ਨਾਲ ਗੱਲ ਕਰੀ ਅਤੇ ਭਾਅ ਜੀ ਨੇ ਸਪੋਰਟ ਕਰੀ ਕਹਿੰਦੇ ਚਲ ਤੁਸੀਂ ਬਣਾ ਕੇ ਵੇਖ ਲਓ ਜੀ ਜੇ ਕੋਈ ਚੀਜ਼ ਅੱਛੀ ਬਣੇ ਤਾਂ ਕਪਤਾਨ ਨੇ ਲਿਖਿਆ ਸੀਗਾ ਉਹ ਗਾਣਾ ਦੇਖੀ ਚੱਲ ਤੂੰ ਦੇਖੀ ਚੱਲ ਓਏ ਹਾਲੇ ਤਾਂ ਸ਼ੁਰੂਆਤਾਂ ਨੇ ਸੂਰਜ ਚੜ੍ਹਨੇ ਕਦੋਂ ਪੁਲਾਂ ਤੇ ਦਸ ਕਾਲੀਆਂ ਰਾਤਾਂ ਨੇ
ਪਰ ਸਟਿਲ ਹੁੰਦਾ ਨਾ ਕਿ ਇੱਕ ਆਰਟਿਸਟ ਦੀ ਗੱਲ ਕਰਦੇ ਆ, ਆਫ ਕੋਰਸ ਤੁਸੀਂ ਅਸੀਂ ਤੁਹਾਡੇ ਗਾਣੇ ਦੀ ਗੱਲ ਕੀਤੀ ਹੈ, ਆਰਟਿਸਟ ਦੀ ਗੱਲ ਕਰਦੇ ਆ, ਇਹ ਜ਼ਰੂਰ ਦੱਸਣਾ ਤੁਸੀਂ, ਇਹ ਨਾ ਕਹੀਓ ਸਾਰਿਆਂ ਨਾਲ ਕੰਮ ਕਰਕੇ ਮਜ਼ਾ ਆਉਂਦਾ, ਇਦਾਂ ਨਹੀਂ ਹੁੰਦਾ ਹਮੇਸ਼ਾ। ਸੋ ਮੇਨ ਕੁਐਸਚਨ ਹੁੰਦਾ ਕਿ ਬਈ ਕਿਸ ਆਰਟਿਸਟ ਨਾਲ ਕਰਕੇ ਤੁਹਾਨੂੰ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਕੰਮ ਕਰਕੇ ਬਈ? ਦੇਖੋ ਮਤਲਬ ਬੜਾ ਇਹ ਕ੍ਰਿਟੀਕਲ ਜਿਹਾ ਸਵਾਲ ਆ ਸਾਰਿਆਂ ਨਾਲ ਲਈ। ਮੇਰੀ ਜਿਹੜੀ ਟਿਊਨਿੰਗ ਹੈ ਸਾਰੇ ਮੈਨੂੰ, ਮੈਂ ਤੁਹਾਨੂੰ ਦੱਸਿਆ ਵੀ ਬਿੱਲਾ ਭਾਈ ਛੋਟੇ ਭਰਾਵਾਂ ਤਰ੍ਹਾਂ ਮੇਰੇ ਨਾਲ ਮਤਲਬ ਆਲਵੇਜ਼ ਸਪੋਰਟ ਕਰਦੇ ਨੇ, ਅਤੇ ਨਿੰਜਾ ਬਾਈ ਅਤੇ ਮੈਂ ਅਸੀਂ ਇਕੱਠੇ ਬੈਚਮੇਟ ਹੈ ਵੀ, ਅਸੀਂ ਕਾਲਜ ਵਿੱਚ ਲਾਈਕ ਕਹਿ ਲਓ ਤੁਸੀਂ ਵੀ ਆਮਣੇ ਸਾਹਮਣੇ ਗਰੁੱਪ ਹੁੰਦੇ ਸੀਗੇ ਨਾ, ਵੀ ਮੈਂ ਉੱਧਰੋਂ ਮਾਲਵੇ ਜ਼ੋਨ 'ਚ ਆਉਣਾ, ਇਹਨਾਂ ਨੇ ਲੁਧਿਆਣੇ ਵਾਲੇ ਪਾਸੋਂ ਜਾਣਾ, ਸੋ ਮੇ ਬੀ ਕਦੇ ਅਸੀਂ ਮਿਲੇ ਵੀ ਹੋਵਾਂਗੇ, ਅਸੀਂ ਬੈਚਮੇਟ ਹਾਂ ਮੈਂ ਅਤੇ ਨਿੰਜਾ ਬਾਈ ਦੋਨੋਂ। ਸੋ ਸਾਰਿਆਂ ਨਾਲ ਮੇਰਾ ਜੋਰਡਨ ਭਾਈ ਨਾਲ ਕੰਮ ਕਰਿਆ, ਜੋਰਡਨ ਭਾਈ ਮੇਰੇ ਤੋਂ ਛੋਟੇ ਨੇ ਏਜ 'ਚੋਂ, ਸੋ ਉਹ ਉਹਨਾਂ ਨਾਲ ਛੋਟੇ ਭਰਾਵਾਂ ਤਰ੍ਹਾਂ ਲਾਈਕ ਮਤਲਬ ਮੈਂ ਉਹਨਾਂ ਨੂੰ ਉੱਦਾਂ ਟ੍ਰੀਟ ਕਰਨਾ ਭਾਜੀ ਨਾਲ। ਅਤੇ ਜਿਨ੍ਹਾਂ ਨਾਲ ਵੀ ਕੰਮ ਕਰਿਆ, ਸ਼ਿਵਜੋਤ ਵੀਰਾ ਉਹ ਵੀ ਏਜ ਤੋਂ ਮੇਰੇ ਤੋਂ ਛੋਟਾ, ਉਹਦੇ ਨਾਲ ਵੀ ਮਤਲਬ ਮੇਰਾ ਬਹੁਤ ਅੱਛਾ ਬੋਂਡਿੰਗ ਹੈ ਜੀ, ਅਤੇ ਸੰਦੀਪ ਬਰਾੜ ਜੀ ਜਿਨ੍ਹਾਂ ਨਾਲ ਮਤਲਬ ਮੈਂ ਕੰਮ ਕਰਨਾ, ਸਾਰੇ ਜਿਹੜੇ ਮੇਰੇ ਆਰਟਿਸਟ ਮਤਲਬ ਸਾਰਿਆਂ ਨਾਲ ਅੱਛਾ ਪਿਆਰ ਹੈ ਜੀ ਜੀ। ਈਵਨ ਤੁਸੀਂ ਜਦੋਂ ਗਾਣਾ ਬਣਾਉਂਦੇ ਹੋ ਨਾ, ਮਿਊਜ਼ਿਕ ਡਾਇਰੈਕਟਰ ਦਾ ਹੀ ਕੰਮ ਹੁੰਦਾ ਹੈ ਕਿ ਕਿਸੇ ਸਿੰਗਰ ਨੂੰ ਫਿੱਟ ਕਰਨਾ ਉਸ ਗਾਣੇ ਦੇ ਵਿੱਚ, ਸੋ ਤੁਸੀਂ ਉਹ ਸਿੰਗਰ ਕਿਵੇਂ ਚੂਜ਼ ਕਰਦੇ ਹੋ ਕਿ ਇਸ ਗਾਣੇ ਲਈ ਇਹ ਸਿੰਗਰ ਇੱਕਦਮ ਬੈਸਟ ਹੈ? ਇਹ ਚੀਜ਼ ਗਾਣਾ ਖੁਦ ਦੱਸ ਰਹੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਹਰਜੀਤਾ ਅਸੀਂ ਕੰਪੋਜ਼ ਜਦੋਂ ਕਰਿਆ ਵੀ ਇੱਕ ਮੈਨਲੀ ਜਿਹੀ ਆਵਾਜ਼ ਚਾਹੀਦੀ ਨਾ, ਮਰਦਾਨੀ ਆਵਾਜ਼ ਚਾਹੀਦੀ ਸਾਨੂੰ, ਸੋ ਉਹਦੇ ਇਸ 'ਤੇ ਆਪਾਂ ਸਰਚ ਕਰਨੇ ਆ ਵੀ ਨੰਬਰ 1 ਸਾਡੇ ਕੋਲ ਆਪਸ਼ਨ ਸੀਗੀ ਵਿਸ਼ਾਲ ਡਡਲਾਨੀ ਜੀ ਦੀ, ਉਹ ਅਵੇਲੇਬਲ ਨਹੀਂ ਸੀ ਇੰਡੀਆ 'ਚ ਉਸ ਟਾਈਮ, ਫਿਰ ਸੁਖਵਿੰਦਰ ਸਿੰਘ ਜੀ ਨੂੰ ਉਦੋਂ ਲਾਈਕ ਇੱਕ ਦੋ ਹੋਰ ਮੂਵੀਜ਼ ਵੀ ਆ ਰਹੀਆਂ ਸੀ ਹਾਕੀ 'ਤੇ, ਅਤੇ ਉਹ ਸੁਖਵਿੰਦਰ ਜੀ ਨੇ ਉਸ ਮੂਵੀ 'ਚ ਗਾਇਆ ਹੋਇਆ, ਫਿਰ ਫਾਈਨਲੀ ਮੈਂ ਦਲੇਰ ਅੰਕਲ ਨੂੰ ਫੋਨ ਕਰਿਆ ਮੈਂ ਇੱਦਾਂ ਇੱਦਾਂ ਕਰਕੇ ਜੀ ਮੈਨੂੰ ਤੁਸੀਂ ਕਰੋਗੇ, ਪਾਪਾ ਨਾਲ ਆਲਰੇਡੀ ਉਹਨਾਂ ਦਾ ਅੱਛਾ ਰਿਲੇਸ਼ਨ ਹੈ ਦਲੇਰ ਜੀ ਦਾ, ਅਤੇ ਫਿਰ ਲਾਈਕ ਉਹ ਕਹਿੰਦੇ ਆ ਜਾਓ ਚਲੋ ਦਿੱਲੀ ਹੈ ਮੈਂ ਅਤੇ ਆਪਾਂ ਉਰੇ ਹੀ ਕਰ ਲੈਂਦੇ ਹਾਂ ਰਿਕਾਰਡ, ਅਸੀਂ ਫਿਰ ਚਲੋ ਠੀਕ ਹੈ ਜੀ, ਅਸੀਂ ਦਿੱਲੀ ਉਹਨਾਂ ਦੇ ਘਰ ਜਾ ਕੇ ਹੀ ਰਿਕਾਰਡਿੰਗ ਕਰੀ ਗਾਣੇ ਦੀ। ਅੱਛਾ ਜੀ ਜੀ। ਸੋ ਤੁਸੀਂ ਇੱਕ ਗਾਣਾ ਬਣਾਇਆ ਸੀਗਾ ਕੋਹੀਨੂਰ ਜੋ ਬਹੁਤ ਜ਼ਿਆਦਾ ਹਿੱਟ ਹੋਇਆ ਸੀ, ਕੁਲਵਿੰਦਰ ਬਿੱਲਾ ਦੇ ਨਾਲ ਸੀ ਇਹ ਸੌਂਗ, ਸੋ ਇਹ ਸੌਂਗ ਦੀ ਤਿਆਰੀ ਕਿਵੇਂ ਹੋਈ? ਇਸ ਸੌਂਗ ਦਾ ਜ਼ਿਆਦਾ ਸਭ ਤੋਂ ਜ਼ਿਆਦਾ ਕ੍ਰੈਡਿਟ ਜਾਂਦਾ ਸੰਦੀਪ ਬਰਾੜ ਜੀ ਨੂੰ, ਭਾਅ ਜੀ ਦੀ ਵਜ੍ਹਾ ਨਾਲ ਮੈਂ ਮਤਲਬ ਜ਼ਿਆਦਾ ਅਸੀਂ ਬਿੱਲੇ ਵੀਰੇ ਨਾਲ ਕਲੋਜ਼ ਹੋਏ, ਅਤੇ ਮੈਂ ਬੈਠੇ 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 ਇੱਕ ਵਾਰੀ ਭਾਈ ਦਾ ਫੋਨ ਆਇਆ ਮੈਨੂੰ ਵੀ ਯਾਰ ਇੱਦਾਂ ਇੱਦਾਂ ਕਰਕੇ ਭਾਈ ਨੇ ਮਿਲਣਾ ਤੈਨੂੰ ਅਤੇ ਆਪਾਂ ਕੋਈ ਗਾਣਾ ਡਿਜ਼ਾਇਨ ਕਰਦੇ ਹਾਂ, ਮੈਂ ਚਲੋ ਆ ਜਾਓ ਭਾਈ ਆਪਣਾ ਸਟੂਡੀਓ ਹੀ ਹੈ, ਅਤੇ ਬਿੱਲਾ ਵੀਰਾ ਐਂਡ ਸੰਦੀਪ ਵੀਰਾ ਅਸੀਂ ਪਹੁੰਚੇ ਸਟੂਡੀਓ ਦੋਨੋਂ ਆਏ, ਅਤੇ ਗਾਣਾ ਉਹਨਾਂ ਨੇ ਮੈਨੂੰ ਦਿੱਤਾ ਭਾਈ ਨੇ ਕੰਪੋਜੀਸ਼ਨ, ਬਿੱਲੇ ਵੀਰ ਦੀ ਕੰਪੋਜੀਸ਼ਨ ਹੈ ਇਹ, ਅਤੇ ਭਾਅ ਜੀ ਨੇ ਫਿਰ ਇੱਦਾਂ ਇੱਦਾਂ ਕਰਕੇ ਸੁਣਾਇਆ ਐਂਡ ਅਸੀਂ ਕਰਦੇ ਕਰਦੇ ਇੱਕ ਦੋ ਤਿੰਨ ਚਾਰ ਪੰਜ ਤਰ੍ਹਾਂ ਦੇ ਇਹਦੇ ਸੈਂਪਲਸ ਬਣਾਏ, ਫਿਰ ਫਾਈਨਲੀ ਜਾ ਕੇ ਯਾਰ ਸਾਰੀ ਟੀਮ ਨੂੰ ਇਹ ਪਸੰਦ ਆਇਆ ਯਾਰ ਹਾਂ ਇਹ ਫਾਈਨਲ ਕਰਾਂਗੇ ਮਿਊਜ਼ਿਕ ਆਪਾਂ, ਅਤੇ ਇੱਦਾਂ ਇੱਦਾਂ ਕਰਕੇ ਉਹ ਗਾਣਾ ਬੜਾ ਅੱਛਾ ਮਤਲਬ ਅਸੀਂ ਕਰਿਆ। ਫਿਰ ਅਸੀਂ ਮੁੰਬਈ ਗਏ, ਮੁੰਬਈ ਅਸੀਂ ਉਹਦਾ ਸਾਰਾ ਲਾਈਵ ਮਿਊਜ਼ਿਕ ਇੰਸਟਰੂਮੈਂਟਸ ਜੋ ਕੰਮ ਸੀਗਾ ਸਾਰਾ ਫਰਦਰ ਅੱਗੇ ਉਹ ਕਰਿਆ ਅਤੇ ਡਬਿੰਗਸ ਕਰੀਆਂ ਐਂਡ ਜਦੋਂ ਸੌਂਗ ਨੂੰ ਮਤਲਬ ਪੋਜ਼ਿਟਿਵ ਰਿਸਪੌਂਸ ਮਿਲਿਆ ਇੱਕਦਮ ਲਾਈਕ ਨਾ ਬਹੁਤ ਹੀ ਵਧੀਆ ਰਿਸਪੌਂਸ ਸੀਗਾ, ਸਾਰਿਆਂ ਨੂੰ ਬਹੁਤ ਪਸੰਦ ਆਇਆ, ਸੋ ਕਿਵੇਂ ਦਾ ਲੱਗਿਆ ਵੀ ਮਤਲਬ ਖੁਸ਼ੀ ਹੋਈ ਯਾਰ ਹਾਂ ਬਹੁਤ ਵਧੀਆ ਲੱਗਾ ਸੌਂਗ? ਵਧੀਆ ਆਲਵੇਜ਼ ਵਧੀਆ ਲੱਗਦਾ ਜੀ, ਗਾਣਾ ਜਦੋਂ ਜਰਨੀ ਸ਼ੁਰੂ ਹੁੰਦੀ ਨਾ ਇੱਕ ਗਾਣੇ ਦੀ, ਜਦੋਂ ਇੱਕ ਲਿਖਾਰੀ ਰਿੱਕੀ ਵੀਰੇ ਨੇ ਲਿਖਿਆ ਸੀਗਾ ਇਹ ਕੋਹੀਨੂਰ ਗਾਣਾ, ਜਦੋਂ ਇੱਕ ਲਿਖਾਰੀ ਮੈਂ ਤੁਹਾਨੂੰ ਦੱਸਿਆ ਪਹਿਲਾਂ ਮੈਂ ਰਾਈਟਰਸ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਨਾ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਹੀ ਇੰਡਸਟਰੀ ਦੀ ਤੁਸੀਂ ਕਹਿ ਲਓ ਵੀ ਭਾਵੇਂ ਬਾਲੀਵੁੱਡ ਹੈ ਭਾਵੇਂ ਬਾਲੀਵੁੱਡ ਹੈ ਜਾਂ ਕੋਈ ਵੀ ਇੰਡਸਟਰੀ, ਇਨਫੈਕਟ ਆਪਾਂ ਇੰਟਰਵਿਊ ਵੀ ਕਰ ਰਹੇ ਹਾਂ ਤਾਂ ਉਹ ਵੀ ਜਿਹਨਾਂ ਨੇ ਇਹ ਸਕ੍ਰਿਪਟ ਲਿਖੀ ਹੈ, ਸੋ ਉਹਨਾਂ ਦੀ ਬਿਨਾਂ ਇਹ ਪੋਸੀਬਲ ਨਹੀਂ, ਸੋ ਜਿਹੜੀ ਫਾਊਂਡੇਸ਼ਨ ਹੈ ਉਹ ਰਾਈਟਰਸ ਨੇ ਸਾਰੀ ਹਰ ਚੀਜ਼ ਨੂੰ ਲੈ ਕੇ। ਸੋ ਇਸ ਗਾਣੇ ਦੀ ਜਰਨੀ ਜਦੋਂ ਸਾਡੇ ਕੋਲ ਪਹੁੰਚਿਆ ਕੈਨਵਸ ਆਪਣੇ ਆਪ ਦੱਸ ਦਿੰਦਾ ਵੀ ਯਾਰ ਇਹ ਚੀਜ਼ ਅਸੀਂ ਬਣ ਮਤਲਬ ਮੈਨੂੰ ਇਹ ਚੀਜ਼ ਚਾਹੀਦੀ ਹੈ ਜੀ, ਸਹੀ ਕਰਦੇ ਕਰਦੇ ਅਸੀਂ ਫਾਈਨਲਾਈਜ਼ ਹੁੰਦਾ ਰਹਿੰਦਾ ਆਫ ਕੋਰਸ ਅਸੀਂ ਮਿਊਜ਼ਿਕ ਡਾਇਰੈਕਸ਼ਨ ਕਰਦੇ ਹੋ ਗਾਣਾ ਗਾਉਂਦੇ ਹੋ, ਇਹਨਾਂ ਦੋਨਾਂ ਤੋਂ ਇਲਾਵਾ ਵੀ ਤੁਹਾਡੀ ਹੌਬੀਜ਼ ਕੀ ਨੇ ਜੇ ਇਹਨਾਂ ਦੋਨਾਂ ਤੋਂ ਇਲਾਵਾ? ਕੁਕਿੰਗ ਦਾ ਬਹੁਤ ਸ਼ੌਂਕ ਹੈ ਜੀ, ਫੂਡੀ ਹੈ ਮੈਂ ਤੁਹਾਡੇ ਸਾਹਮਣੇ ਹੈ, ਸਿਹਤ ਐਂਡ ਆਲ ਸਾਰਾ ਚੰਗਾ ਖਾਈਦਾ ਜੀ, ਬਸ ਮੇਨ ਉਹੀ ਹੈ। ਅੱਛਾ ਕੁਕਿੰਗ ਵੀ ਕਰਦੇ ਹੋ? ਕੁਕਿੰਗ ਦਾ ਸ਼ੌਂਕ ਹੈ ਥੋੜਾ ਥੋੜਾ ਜੀ, ਕੋਸ਼ਿਸ਼ ਕਰਨਾ। ਮੈਂ ਕੁਛ ਮਤਲਬ ਇੱਦਾਂ ਦੀ ਟਿਊਨ ਬਣਾਉਣਾ ਚਾਹੁੰਦਾ ਜਿਹੜੀ ਕੋਸ਼ਿਸ਼ ਮੇਰੀ ਆਲਵੇਜ਼, ਜਦੋਂ ਤੁਸੀਂ ਮੇਰਾ ਮਿਊਜ਼ਿਕ ਹੁਣ ਜਦੋਂ ਦੁਬਾਰਾ ਸੁਣੋਗੇ ਇਨਫੈਕਟ ਸਾਰੀ ਆਡੀਅੰਸ ਵੀ, ਤਾਂ ਤੁਹਾਨੂੰ ਇਹ ਲੱਗੂਗਾ ਯਾਰ ਵੀ ਇਹ ਮਿਊਜ਼ਿਕ ਮੈਂ ਐਟਲੀਸਟ 4-5 ਸਾਲ ਸੁਣ ਸਕਣਾ। ਇਟ ਟੁੱਕ ਟਾਈਮ, ਮੈਂ ਬਹੁਤ ਕੁਇਕ ਹੈ ਕੰਮ ਬਹੁਤ ਜਲਦੀ ਬਣਾ ਲੈਣਾ, ਜਿਹੜੀ ਚੀਜ਼ ਬਣਾਉਣੀ ਹੋਵੇ ਮੈਂ ਹਾਰਡਲੀ 20-30 ਮਿੰਟਸ ਵਿੱਚ ਇੱਕ ਗਾਣਾ ਫਾਈਨਲਾਈਜ਼ ਕਰ ਲੈਣਾ, ਬਟ ਮੈਂ ਉਹ ਗਾਣਾ ਫਾਈਨਲਾਈਜ਼ ਕਰਨ ਤੋਂ ਬਾਅਦ 4-5 ਮਹੀਨੇ 6 ਮਹੀਨੇ ਉਹਨੂੰ ਸੁਣਨਾ ਜ਼ਿਆਦਾ ਅੱਛਾ ਸਮਝਦਾ ਵੀ ਅਸੀਂ ਹੁਣੇ ਮਤਲਬ ਜਿਹੜਾ ਤੀਜੇ ਵੀਕ ਮੇਰਾ ਲੇਟੈਸਟ ਜਿਹੜਾ ਲਾਸਟ ਰਿਲੀਜ਼ ਸੀਗਾ
ਉਹ ਗਾਣਾ ਅਸੀਂ ਅਕਤੂਬਰ ਵਿੱਚ ਬਣਾਇਆ ਐਂਡ ਫੈਬ ਵਿੱਚ ਰਿਲੀਜ਼ ਕਰਿਆ ਸੀਗਾ। ਉਹ ਗਾਣੇ ਨੂੰ ਵੀ 4-5 ਮਹੀਨੇ ਅਸੀਂ ਜਸਟ ਸੁਣਿਆ। ਅੱਛਾ ਜੀ। ਉਹਦਾ ਜਨਵਰੀ ਲਾਸਟ ਅਸੀਂ ਵੀਡੀਓ ਸ਼ੂਟ ਕਰਿਆ ਐਂਡ ਫੈਬ 'ਚ ਉਹ ਗਾਣਾ ਔਨ ਏਅਰ ਕਰਿਆ ਸੀਗਾ। ਬਟ ਉਹ ਗਾਣਾ ਪਹਿਲਾਂ ਐਟਲੀਸਟ ਅਸੀਂ 3-4 ਮਹੀਨੇ ਸਾਰੀ ਟੀਮ ਨੇ, ਮੈਂ, ਬੰਟੀ ਬਾਈ, ਜੋਰਡਨ ਬਾਈ ਨੇ, ਜਦੋਂ ਦਸੰਬਰ ਵਿੱਚ ਵੀਡੀਓ ਵਾਲੇ ਸਾਡੇ ਪ੍ਰੀਤ ਹੈਰੀ ਹੁਣੀ ਇੰਟਰੋਡਿਊਸ ਹੋਏ ਵੀ ਬਾਈ ਉਹਨਾਂ ਨੇ ਕਰਨੀ ਵੀਡੀਓ, ਸੋ ਸਾਰੀ ਟੀਮ ਨੇ ਅਸੀਂ ਐਟਲੀਸਟ ਉਹ ਗਾਣਾ 4 ਮਹੀਨੇ ਸੁਣਿਆ। ਸੋ ਤੀਜੇ ਵੀਕ ਇੱਕ ਬਹੁਤ ਹੀ ਵੱਡਾ ਹਿੱਟ ਸੀ ਕਿ ਅੱਜ ਵੀ ਲੋਕ ਸੁਣਦੇ ਨੇ, ਡੀਜੇ 'ਤੇ ਵੱਜਦਾ ਹੈ ਨਾ, ਜੋਰਡਨ ਸੰਧੂ ਨੇ ਗਾਇਆ ਸੀਗਾ। ਸੋ ਇਹ ਗਾਣਾ ਹੀ ਬਹੁਤ ਹੀ ਵਧੀਆ ਹੈ, ਆਪਾਂ ਇਸ ਗਾਣੇ ਬਾਰੇ ਤਾਂ ਗੱਲ ਕਰਾਂਗੇ, ਪਰ ਪਹਿਲਾਂ ਤੁਹਾਡੇ ਤੋਂ ਇੱਕ ਗਾਣਾ ਸੁਣਨਾ ਹੋ ਜਾਏ ਜ਼ਰੂਰ। ਪਹਿਲਾਂ ਸਾਰਿਆਂ ਤੋਂ ਬੰਟੀ ਵੀਰੇ ਦਾ ਥੈਂਕਸ ਵੀ ਉਹਨਾਂ ਨੇ ਇਹ ਗਾਣਾ ਮੈਨੂੰ ਦਿੱਤਾ, ਅਤੇ ਇਹ ਡੁਐਟ ਸੀ ਗਾਣਾ, ਇਹਦੀ ਮੈਨੂੰ ਇੱਕ ਗੱਲ ਜਰਨੀ ਯਾਦ ਆ ਗਈ ਵੀ ਇਹ ਡੁਐਟ ਸੀ ਗਾਣਾ। ਮੇਰਾ ਬਰਥਡੇ, ਅਸੀਂ ਡਿਨਰ ਕਰ ਰਹੇ ਸੀਗੇ ਸਾਹਮਣੇ ਮੇਰੇ ਸਟੂਡੀਓ ਦੇ ਨਾਲ ਹੀ, ਮੈਂ ਭਾਈ ਨੇ ਮੈਨੂੰ ਗਾਣਾ ਸੁਣਾਇਆ ਵੀ ਬੋਸ ਜੀ ਇਹ ਚੀਜ਼ ਆਪਾਂ ਡੁਐਟ ਬਣਾ ਰਹੇ ਹਾਂ ਜੋਰਡਨ ਵਾਸਤੇ ਗਾਣਾ, ਅਤੇ ਮੈਂ ਨਹੀਂ ਭਾਜੀ ਆਪਾਂ ਨੂੰ ਸੋਲੋ ਕਰਦੇ ਹਾਂ, ਕਰਦੇ ਕਰਦੇ ਮੈਨੂੰ, ਮੈਂ ਤੁਹਾਨੂੰ 2 ਕਲਾਈਨਾਂ, ਮਤਲਬ ਜੋ ਇਹ ਗਾਣਾ ਹੈਪਨ ਇੱਦਾਂ ਹੋਇਆ, ਕਰਦੇ ਕਰਦੇ ਸੀ 7 ਅਕਤੂਬਰ, ਮੈਨੂੰ ਯਾਦ ਆ ਡੇਟ ਵੀ 7 ਅਕਤੂਬਰ ਨੂੰ ਰਾਤੀ ਅਸੀਂ ਇਹ ਗਾਣਾ ਫਸਟ ਟਾਈਮ ਡਰਾਫਟ ਕਰਿਆ ਸੀਗਾ, ਅਤੇ ਸਥਾਈ ਮੈਂ ਭਾਈ ਨੂੰ ਰਿਕੁਐਸਟ ਕਰੀ, ਮੈਂ ਭਾਈ ਇਹਨੂੰ ਸੋਲੋ ਕਰ ਲਓ ਗਾਣੇ ਨੂੰ, ਆਪਾਂ ਸੋਲੋ ਰੱਖਦੇ ਹਾਂ ਇਹਨੂੰ, ਅਤੇ ਫਿਰ ਭਾਈ ਨੇ ਮਤਲਬ ਜਿੱਦਾਂ ਸਪੋਰਟ ਕਰੀ ਐਂਡ ਸਾਰਾ ਅਸੀਂ ਗਾਇਆ ਗਾਣਾ, ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਜਸਟ ਲਾਈਨ, ਭਾਈ ਨੇ ਬਹੁਤ ਘੈਂਟ ਗਾਇਆ, ਮੈਂ ਉੱਦਾਂ ਦਾ ਨਹੀਂ ਗਾ ਪਾਊਂਗਾ ਜੋਰਡਨ ਮੇਰੇ ਨਾਲ, ਬਟ ਸਟਿਲ ਹੋ ਮੇਰੀਆਂ ਬਰੰਗ ਚਿੱਠੀਆਂ ਹੋਣੀਆਂ ਨੇ ਤੈਨੂੰ ਮਿਲੀਆਂ, ਮੈਂ ਜਦੋਂ ਤੈਨੂੰ ਸਭ ਪਾਸਿਓਂ ਬਲੌਕ ਕਰਤਾ, ਵੀ ਤੇਰੇ ਦਿੱਤੇ ਤੋਹਫਿਆਂ ਨੂੰ ਟਰੰਕ ਵਿੱਚ ਪਾ ਕੇ ਬੱਲੀਏ, ਉੱਪਰੋਂ ਮੈਂ ਜਿੰਦਾ ਲਾ ਕੇ ਲੌਕ ਕਰਤਾ। ਬਾਕੀ ਗਾਣਾ ਆਫੀਸ਼ੀਅਲ YouTube ਚੈਨਲ ਤੇ ਜਾ ਕੇ ਸੁਣਿਆ ਜੀ, ਪਹਿਲੇ ਵੀ ਕੋਈ ਖੁਸ਼ ਹੋਇਆ, ਦੂਜੇ ਵੀ ਇੱਕ ਪੈਗ ਲਾਏ, ਤੀਜੇ ਵੀ ਫਿਰ ਤੇਰੀ ਯਾਦ ਆਈ, ਬਹੁਤ ਹੀ ਵਧੀਆ, ਬਹੁਤ ਹੀ ਸੋਹਣਾ ਗਾਣਾ ਬਣਾਇਆ ਸੀਗਾ ਜੀ। ਸੋ ਅਸੀਂ ਰੈਪ ਅਪ ਕਰਨਾ ਹੈ, ਪਰ ਰੈਪ ਅਪ ਤੋਂ ਪਹਿਲਾਂ ਮੈਂ ਇੱਕ ਸਵਾਲ ਪੁੱਛਾਂਗੀ ਵੀ ਤੁਹਾਡਾ ਫੇਵਰਿਟ ਸਿੰਗਰ ਕੌਣ ਹੈ ਅੱਜ ਦੀ ਜਨਰੇਸ਼ਨ ਦਾ? ਵੀ ਇਹ ਤਾਂ ਹੋਣਾ ਹੀ ਆ ਆਫ ਕੋਰਸ, ਕੋਈ ਇਦਾਂ ਹੋ ਨਹੀਂ ਸਕਦਾ ਕਿ ਨਹੀਂ ਹੋਣਾ। ਮਤਲਬ ਅੱਜ ਦੀ ਜਨਰੇਸ਼ਨ 'ਚ ਵੀ ਹੁਣ ਮਤਲਬ ਜਿੱਦਾਂ ਹੁਣ ਬਿਲਕੁਲ ਹੀ ਨਵੇਂ ਬੱਚੇ ਆ ਰਹੇ ਨੇ ਜੀ, ਹੈ ਨਾ, ਉਹ ਉੱਦਾਂ ਦੀ ਗੱਲ ਹੋ ਗਈ ਵੀ ਮੈਂ ਮਤਲਬ ਜਿਹੜੇ ਮੈਂ ਕਨਫਿਊਜ਼ ਹੋ ਗਿਆ ਤੁਹਾਡੇ ਕੁਐਸਚਨ ਨੂੰ ਲੈ ਕੇ ਐਕਚੁਅਲੀ ਜੀ। ਕੋਈ ਗੱਲ ਨਹੀਂ, ਮਤਲਬ ਇਦਾਂ ਕੋਈ ਹੁੰਦਾ ਨਹੀਂ ਕਿ ਬਹੁਤ ਹੀ ਜ਼ਿਆਦਾ ਪਸੰਦ ਹੋਵੇ, ਕੁਛ ਹੈਗਾ ਇਦਾਂ ਦਾ ਜੋਰਡਨ ਸੰਧੂ ਕਹਿ ਰਹੇ ਤੁਹਾਨੂੰ? ਸਾਰਿਆਂ ਦੀ ਆਵਾਜ਼ ਬਹੁਤ ਅੱਛੀ ਹੈ ਜੀ, ਮਤਲਬ ਜਦੋਂ ਆਪਾਂ ਉਹਨਾਂ ਨੂੰ ਲਾਈਵ ਵੀ ਸੁਣਦੇ ਹਾਂ, ਜਿਵੇਂ ਜੋਰਡਨ ਸੰਧੂ ਦਾ ਨਾਮ ਲਿਆ, ਜੋਰਡਨ ਸੰਧੂ ਬਾਈ ਹੋ ਗਿਆ, ਬਿੱਲਾ ਭਾਜੀ ਹੋ ਗਏ, ਸੰਦੀਪ ਬਰਾੜ ਹੋ ਗਿਆ, ਮਤਲਬ ਇਹਨਾਂ ਦੇ ਸਾਰਿਆਂ ਦੀ ਜਿਹੜੀ ਸਟੂਡੀਓ ਵੋਕਲਸ ਆਪਾਂ ਸੁਣਦੇ ਹਾਂ ਵੀ ਅੱਜ ਇੱਕ ਬੜਾ ਅਜੀਬ ਜਿਹਾ ਮਿੱਥ ਬਣਿਆ ਹੋਇਆ ਨਾ ਯਾਰ ਵੀ ਟਿਊਨ ਕਰ ਲੈਂਦੇ ਨੇ ਮਿਊਜ਼ਿਕ ਡਾਇਰੈਕਟਰ, ਮੈਂ ਆਈ ਨੈਵਰ ਟਿਊਨ, ਮੈਂ ਕਿਸੇ ਵੀ ਆਰਟਿਸਟ ਦੀ ਵੋਕਲ ਅੱਜ ਤੱਕ ਟਿਊਨ ਨਹੀਂ ਕਰੀ ਹੈ, ਜੋ ਮੈਂ ਨੈਚੁਰਲ ਰਿਕਾਰਡ ਕਰਦਾ ਮੈਂ ਉਹੀ ਸਰਵ ਕਰਦਾ, ਅਸੀਂ ਰਿਕਾਰਡਿੰਗ 'ਤੇ ਜ਼ਿਆਦਾ ਟਾਈਮ ਲਾਉਂਦੇ ਹਾਂ ਜੀ, ਮਤਲਬ ਇਨਸਟੈਡ ਆਫ ਪ੍ਰੋਸੈਸਿੰਗ, ਨੋ ਡਾਊਟ ਇੱਕ ਜੋ ਬੇਸਿਕ ਫਿਲਟਰਸ ਨੇ ਉਹ ਤਾਂ ਹੋਣੇ ਨੇ, ਬਟ ਮੈਂ ਕੰਮ ਹੀ ਨਹੀਂ ਕਰਦਾ ਜੀ ਉਹ ਟਿਊਨ ਟਿਆਨਿੰਗ ਵਾਲੇ ਉੱਦਾਂ ਦੇ। ਸੋ ਉਹਨਾਂ ਆਰਟਿਸਟਾਂ ਦੀ ਆਵਾਜ਼ ਤੁਸੀਂ ਉਹਨਾਂ ਨੂੰ ਲਾਈਵ ਵੀ ਸੁਣੋਗੇ ਤਾਂ ਜੋਰਡਨ ਸੰਧੂ ਵਿਲ ਸਾਊਂਡ ਲਾਈਕ ਜੋਰਡਨ ਸੰਧੂ, ਕੁਲਵਿੰਦਰ ਬਿੱਲਾ ਗੁਣ ਸਾਊਂਡ ਲਾਈਕ ਕੁਲਵਿੰਦਰ ਬਿੱਲਾ, ਜੋ ਤੁਸੀਂ ਉਹਨਾਂ ਨੂੰ ਸੀਡੀਜ਼ ਵਿੱਚ ਜਾਂ ਯੂਟਿਊਬ 'ਤੇ ਸੁਣਦੇ ਹੋ ਜਾਂ ਉਹਨਾਂ ਦੇ ਚੈਨਲਸ 'ਤੇ ਜਾ ਕੇ ਸੁਣਦੇ ਹੋ, ਉਹ ਲਾਈਵ ਵੀ ਉੱਦਾਂ ਹੀ ਗਾਉਂਦੇ ਨੇ ਜੀ, ਜੋ ਬੇਸ ਉਹਨਾਂ ਦਾ ਮਿਊਜ਼ਿਕ ਹੈ ਜੀ ਸਾਰਾ ਜੀ। ਅਤੇ ਤੁਹਾਡੇ ਨਾਲ ਗੱਲ ਕਰਕੇ ਮੈਂ ਕਿਹਾ ਬਹੁਤ ਮਜ਼ਾ ਆਇਆ, ਬਹੁਤ ਹੀ ਵਧੀਆ ਚੀਜ਼ਾਂ ਜਾਣਨ ਨੂੰ ਮਿਲੀਆਂ ਤੁਹਾਡੇ ਬਾਰੇ, ਤੁਹਾਡੀ ਮਿਊਜ਼ੀਕਲ ਜਰਨੀ ਬਾਰੇ ਅਸੀਂ ਜਾਣਿਆ। ਸੋ ਥੈਂਕ ਯੂ ਸੋ ਮੱਚ ਇੱਥੇ ਆਉਣ ਲਈ, ਤੁਹਾਡੇ ਤੋਂ ਗੱਲਾਂ ਕਰਕੇ ਬਹੁਤ ਹੀ ਵਧੀਆ ਲੱਗਾ ਜੀ, ਮੈਨੂੰ ਵੀ ਬਹੁਤ ਵਧੀਆ ਲੱਗਿਆ, ਸਾਰੀ ਟੀਮ ਦਾ, ਸਾਰੇ ਕਰੂ ਦਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਅਤੇ ਇੱਦਾਂ ਪਿਆਰ ਸਤਿਕਾਰ ਸਪੋਰਟ ਕਰਦੇ ਰਹੋ, ਮਿਲਦੇ ਹਾਂ ਬਹੁਤ ਜਲਦੀ, ਲਵ ਯੂ ਆਲ। ਸੋ ਮਿਲਾਂਗੇ ਵੀ ਅਗਲੇ ਹਫ਼ਤੇ ਕੋਈ ਹੋਰ ਨਵੇਂ ਸੈਲੀਬ੍ਰਿਟੀ ਦੇ ਨਾਲ, ਹੁਣ ਮੈਨੂੰ ਦਿਓ ਇਜਾਜ਼ਤ, ਸਟੇ ਟਿਊਨਡ, ਬਾਏ ਬਾਏ।